ਰਿਕਤੋਬਾ ਤੁਹਾਡਾ ਸਵਾਗਤ ਹੈ। ਭਾਰਤ ਸਰਕਾਰ ਦੇ ਚੀਫ ਕਮਿਸ਼ਨਰ ਫਾਰ ਪਰਸਨ ਵਿੱਚ ਡਿਸੇਬਿਲਟੀ ਕਮਲੇਸ਼ ਕੁਮਾਰ ਪਾਂਡੇ ਦੁਆਰਾ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਰਾਈਟ ਆਫ ਪਰਸਨ ਐਂਡ ਡਿਸੇਬਿਲਟੀ ਐਕਟ 2016 ਦੇ ਤਹਿਤ ਰਿਵਿਊ ਕੀਤਾ ਜਾ ਰਿਹਾ ਹੈ। ਆਪਣੀ ਪੰਜਾਬ ਫੇਰੀ ਦੇ ਦੌਰਾਨ ਅਪਾਹਿਜ ਲੋਕਾਂ ਦੇ ਲਈ ਕੇਂਦਰ ਸਰਕਾਰ ਦੁਆਰਾ ਦਿੱਤੇ ਜਾ ਰਹੇ ਫੰਡਸ ਦੀ ਸਹੀ ਉਪਯੋਗ ਨੂੰ ਯਕੀਨੀ ਕਰਨ ਦੇ ਲਈ ਸਟੇਟ ਚੀਫ ਕਮਿਸ਼ਨਰ ਨੇ ਮੁਲਾਕਾਤ ਕਰਨੀ ਸੀ, ਪਰ ਸਟੇਟ ਕਮਿਸ਼ਨ ਦੇ ਚੰਡੀਗੜ੍ਹ ਵਿੱਚ ਮੌਜੂਦ ਨਾ ਹੋਣ ਕਾਰਨ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਕਰ ਪਾਏ ਅਤੇ ਚੀਫ ਸੈਕਟਰੀ ਦੇ ਨਾਲ ਮੁਲਾਕਾਤ ਦੇ ਬਾਅਦ ਉਹਨਾਂ ਨੇ ਅਪਾਹਿਜ਼ਾਂ ਦੇ ਮਾਮਲੇ ਨੂੰ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ। ਹੋਰ ਕੀ ਕੁਝ ਕਿਹਾ ਉਹਨਾਂ ਨੇ, ਆਓ ਸੁਣਦੇ ਹਾਂ। ਮੈਂ ਡਾਕਟਰ ਕਮਲੇਸ਼ ਕੁਮਾਰ ਪਾਂਡੇ, ਚੀਫ ਕਮਿਸ਼ਨਰ ਫਾਰ ਦੈਟ ਪਰਸਨ ਵਿਦ ਡਿਸੇਬਿਲਟੀ, ਭਾਰਤ ਸਰਕਾਰ। ਕੱਲ੍ਹ ਯਹਾਂ ਮੇਰਾ ਪੰਜਾਬ ਕੇ ਸਟੇਟ ਰਿਵਿਊ ਮੇਂ ਆਨਾ ਹੁਆ। ਪੰਜਾਬ ਮੇਂ ਪਰਸਨ ਵਿਦ ਡਿਸੇਬਿਲਟੀ ਐਕਟ 1995 ਕਿਤਨਾ ਲਾਗੂ ਹੋ ਰਿਹਾ ਹੈ ਔਰ ਰਾਈਟ ਆਫ ਪਰਸਨ ਵਿਦ ਡਿਸੇਬਿਲਟੀ ਐਕਟ ਕੀ ਕਿਆ ਪੋਜੀਸ਼ਨ ਹੈ, ਵਹ ਜਾਣਨੇ ਕੇ ਲੀਏ ਮੈਂ ਆਇਆ। ਹਰ ਸਟੇਟ ਮੇਂ ਡਿਸੇਬਿਲਟੀ ਡਿਪਾਰਟਮੈਂਟ ਅਲੱਗ ਹੋਣਾ ਚਾਹੀਏ, ਲੇਕਿਨ ਇਹ ਅਲੱਗ ਡਿਪਾਰਟਮੈਂਟ ਨਹੀਂ ਹੈ, ਵੁਮੈਨਸ ਐਂਡ ਚਾਈਲਡ ਕੇ ਸਾਥ ਮੇਂ ਯਹਾਂ ਪਰ ਹੈ ਵੋ। ਹਰ ਸਟੇਟ ਮੇਂ ਇੱਕ ਸਟੇਟ ਕਮਿਸ਼ਨ ਹੋਣਾ ਚਾਹੀਏ ਜੋ ਫੁੱਲ ਫਲੇ ਚਾਰਜ ਹੋ, ਕੋਈ ਐਡੀਸ਼ਨਲ ਚਾਰਜ ਨਾ ਹੋ, ਕਿਉਂਕਿ ਢੇਰ ਸਾਰੇ ਕਾਰ ਸਟੇਟ ਕਮਿਸ਼ਨ ਕਰਨੇ ਹੋਤੇ ਹੈ, ਐਡੀਸ਼ਨਲ ਚਾਰਜ ਵਾਲੇ ਕੇ ਪਾਸ ਸਮੇਂ ਨਹੀਂ ਰਹਤਾ ਹੈ। ਤੋ ਯਹਾਂ ਮੈਨੇ ਡਿਮਾਂਡ ਕੀਆ, ਦੇਖਾ ਮੈਨੇ ਯਹਾਂ ਸਟੇਟ ਕਮਿਸ਼ਨਰ ਕਾ ਚਾਰਜ ਐਡੀਸ਼ਨਲ ਹੀ ਹੈ। ਪੰਜਾਬ ਦੇ ਸ਼ਹਿਰ ਕੋਟਕਪੂਰਾ ਵਿੱਚ ਕਰੀਬ 3 ਦਿਨ ਪਹਿਲਾਂ ਨਿੱਜੀ ਕੰਪਨੀ ਰਾਜਬਾਸ ਨੇ ਇੱਕ ਮੋਟਰਸਾਈਕਲ ਸਵਾਰ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਬੱਸ ਡਰਾਈਵਰ ਬੱਸ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੇ ਬਾਅਦ ਨਾਰਾਜ਼ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੀ ਲਾਸ਼ ਨੂੰ ਹਾਵੇ 'ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਪ੍ਰਸ਼ਾਸਨ ਦੇ ਸਮਝਾਉਣ 'ਤੇ ਵੀ ਇਹ ਨਾ ਸਮਝੇ ਅਤੇ ਹੰਗਾਮਾ ਕਰਨ ਲੱਗ ਪਏ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ 11 ਲੋਕ ਜੋ ਕਿ ਪਰਿਵਾਰਕ ਮੈਂਬਰਾਂ 'ਚੋਂ ਹੀ ਸਨ ਅਤੇ ਬਾਕੀ 150 ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰ, ਸਾਡਾ ਕੋਈ ਧਰਨੇ ਦਾ ਮਕਸਦ ਨਹੀਂ, ਨਾ ਅਸੀਂ ਧਰਨਾ ਲਗਾਇਆ ਜੀ, ਉਹ ਸਾਡੇ ਇੱਕ ਗੁਆਂਢੀ ਤੌਰ 'ਤੇ ਹੀ ਗਏ ਆ ਸਾਰੇ ਇਕੱਠ ਹੋਇਆ। ਸਾਨੂੰ ਜਦੋਂ ਪਤਾ ਲੱਗਿਆ ਵੀ ਆਹ ਗੱਲ ਹੋ ਗਈ, ਕਰਨਦੀਪ ਜੀ ਪਾਲ ਜੀ ਦੀ ਮੌਤ ਹੋ ਗਈ, ਸਾਰੇ ਗਲੀ ਗੁਆਂਢ ਅਸੀਂ ਪਹੁੰਚੇ ਉੱਥੇ, ਧਰਨੇ ਦਾ ਰੂਪ ਇਸ ਤਰ੍ਹਾਂ ਹੀ ਬਣ ਗਿਆ ਵੀ ਆਂਢ ਗੁਆਂਢ ਸਾਰਾ ਇਕੱਠ ਹੋ ਗਿਆ ਜੀ। ਇੱਕ ਮੁੰਡੇ ਲਾਈਵ ਪਾ ਤੀ, ਉਹ ਸਾਰਾ ਜੋ ਵੀ ਸਾਨੂੰ ਜਾਣਕਾਰ ਸੀਗੇ ਸਾਰੇ ਇਕੱਠੇ ਹੋਣ ਲੱਗ ਗਏ ਵੀ ਗੱਲ ਕੀ ਬਣ ਗਈ। ਉਹ ਇਸ ਚੀਜ਼ ਦਾ ਕੁਛ ਕਾਰਨ ਦਾ ਇਕੱਠ ਹੋ ਗਿਆ ਜੀ, ਉਹ ਆਵਾ ਜੀ ਰੋਗੀ, ਉਹ ਰੁਕ ਨਹੀਂ ਸੀ, ਇੱਡਾ ਐਕਸੀਡੈਂਟ ਹੋ ਗਿਆ ਉੱਥੇ, ਇਹੀ ਕਾਰਨ ਬਣਿਆ। ਅਤੇ ਪੁਲਿਸ ਨੇ ਇਹ ਧਰਨਾ ਨਾਮ ਦੇ ਕੇ ਸਾਡੇ 'ਤੇ ਗਲਤ ਪਰਜਾ ਕੀਤਾ ਜੀ। ਸਰ, ਇੱਕ ਤੋਂ ਹਮਾਰੇ ਘਰ ਕਾ ਮੈਂਬਰ ਚਲਾ ਗਿਆ ਜੀ, ਉਹ ਐਕਸੀਡੈਂਟ ਕੇ ਮੌਕੇ ਹਮ ਸਾਰੇ ਜਬ ਆਂਢ ਗੁਆਂਢ ਇਕੱਠੇ ਹੋਏ ਯਹਾਂ ਪੇ, ਔਰ ਇਤਨੇ ਇਕੱਠ ਕੋ ਇਸਨੇ ਇਹਨਾਂ ਨੇ ਜੋ ਚੱਕਾ ਜਾਮ ਕਾ ਨਾਮ ਦੇ ਦਿਆ ਇਹਨਾਂ ਨੇ, ਔਰ ਹਮ ਆਪਣੇ ਇੱਕ ਦੋ ਹਮਾਰੇ ਘਰ ਕਾ ਮੈਂਬਰ ਚਲਾ ਗਿਆ, ਉਸਕਾ ਹਮ ਅਫਸੋਸ ਵੀ ਨਹੀਂ ਕਰ ਪਾਤੇ। ਤੋ ਹਮਾਰੇ ਸਾਥ ਹਮ ਤੋ ਇਨਸਾਮ ਕੀ ਮੰਗ ਕਰਤੇ ਥੇ, ਉਹ ਉਨਕੋ ਇਹਨਾਂ ਨੇ ਚੱਕੇਗਾ ਚੱਕਾ ਜਾਮ ਕਾ ਨਾਮ ਨਾ ਨਾਮ ਦੇ ਦਿਆ, ਔਰ ਹਮਾਰੇ ਸਾਥ ਇਹ ਦੁਰਘਟਨਾ ਜੋ ਹੋਈ ਹੈ ਜੋ ਬਹੁਤ ਗਲਤ ਹੈ, ਹਮਕੋ ਇਨਸਾਫ ਚਾਹੀਏ। ਇਹ ਇੱਕ ਇੰਸੀਡੈਂਟ ਹੁਆ ਥਾ ਜਿਸਮੇ ਅਲੈਜ ਕੀਆ ਗਿਆ ਥਾ ਕਿ ਰਾਜ ਬੱਸ ਕੀ ਤਰਫ ਸੇ ਇੱਕ ਐਕਸੀਡੈਂਟ ਹੁਆ ਥਾ ਜਿਸਮੇ ਇੱਕ ਲੇਡੀ ਕੀ ਮੌਤ ਹੋ ਗਈ ਥੀ। ਉਸਮੇ ਨੀਅਰਲੀ 100-150 ਬੰਦਾ ਥਾ ਜੋ ਇਕੱਠੇ ਹੋ ਕੇ ਉਹਨਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿਆ ਥਾ, ਵਿਚ ਵਾਜ਼ ਅਨਲੀਗਲ ਇਲੀਗਲ। ਤੋ ਉਸਕੀ ਵਜ੍ਹਾ ਸੇ ਹਮਨੇ ਇਹ ਪਰਚਾ ਦਰਜ ਕੀਆ ਹੈ। FIR ਨੰਬਰ ਇਜ਼ 51, ਸਿਟੀ ਕੋਟਕਪੂਰਾ ਮੇ ਹੈ, ਅੰਡਰ ਸੈਕਸ਼ਨ 283, 188 ਐਂਡ 8B ਆਫ ਨੈਸ਼ਨਲ ਹਾਈਵੇ ਐਕਟ। ਫਿਲਮ ਨਾਨਕ ਸ਼ਾਹ ਫਕੀਰ 'ਤੇ ਮੁਕੰਮਲ ਪਾਬੰਦੀ ਲਾਉਣ ਲਈ ਸਿੱਖ ਜਥੇਬੰਦੀਆਂ ਨੇ ਗਿੱਦੜਵਾਹਾ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਅੱਜ ਸ਼ਾਮ ਨੂੰ ਗੁਰਦੁਆਰਾ ਸ਼੍ਰੀ ਗੁਰੂ
ਅਮਰਦਾਸ ਸਾਹਿਬ ਗਿੱਦੜਵਾਹਾ ਵਿਖੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਅਤੇ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੋਈ। ਇਹ ਰੋਸ ਮਾਰਚ ਵੱਖ ਵੱਖ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਗਿੱਦੜਵਾਹਾ ਦੀ ਕਚਹਿਰੀ ਵਿਖੇ ਪੁੱਜਾ, ਜਿੱਥੇ ਸਿੱਖ ਜਥੇਬੰਦੀਆਂ ਨੇ ਗਿੱਦੜਵਾਹਾ ਨੂੰ SDM ਦਫ਼ਤਰ ਵਿਖੇ ਆਪਣਾ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਗੱਲਾਂ ਤੋਂ ਲੋਕਾਂ ਨੂੰ ਵਰਜਿਤ ਕੀਤਾ ਸੀ, ਪਰ ਇਸ ਫਿਲਮ 'ਚ ਉਹ ਗੱਲਾਂ ਸਾਡੇ 'ਤੇ ਥੋਪਣ ਲਈ ਜ਼ੋਰ ਦਿੱਤਾ ਗਿਆ ਹੈ। ਉੱਥੇ ਇਹ ਫਿਲਮ ਰਿਲੀਜ਼ ਹੋਣ ਨਾਲ ਸਿੱਖ ਸੰਗਤਾਂ ਨੂੰ ਭਾਰੀ ਠੇਸ ਪਹੁੰਚੇਗੀ। ਵੀਰ ਜੀ, ਅਸੀਂ ਅੱਜ ਗਿੱਦੜਵਾਹਾ ਇਲਾਕੇ ਦੀਆਂ ਸਾਰੀਆਂ ਸਮੂਹਕ ਜਥੇਬੰਦੀਆਂ ਇਕੱਠੀਆਂ ਹੋਈਆਂ, ਜੋ ਸਿੱਕਾ ਜੀ ਵੱਲੋਂ ਨਾਨਕ ਸ਼ਾਹ ਫਕੀਰ ਇੱਕ ਫਿਲਮ ਬਣਾਈ ਹੋਈ ਹੈ, ਉਹ ਕੱਲ੍ਹ ਨੂੰ ਜਾਰੀ ਹੋਣੀ ਹੈ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਜਿਹੜੀਆਂ ਗੱਲਾਂ ਤੋਂ ਸਾਨੂੰ ਵਰਜਿਆ ਸੀ, ਉਹ ਗੱਲਾਂ ਅੱਜ ਸਾਡੇ ਸਮਾਜ ਦੇ ਵਿੱਚ ਸਾਡੇ 'ਤੇ ਥੋਪਣ ਵਾਸਤੇ ਉਹ ਚੀਜ਼ਾਂ ਉਹਨਾਂ ਨੇ ਵਿੱਚ ਲੈ ਕੇ ਉਹ ਫਿਲਮ ਜਾਰੀ ਕੀਤੀ ਹੈ, ਜਿਹੜੀ ਕਿ ਸਾਨੂੰ ਉਹਦੇ ਟ੍ਰੇਲਰ ਤੋਂ ਪਤਾ ਲੱਗਦਾ। ਦੂਜੀ ਗੱਲ ਵੱਡੀ ਇਹ ਆ ਵੀ ਸਿੱਖ ਸੰਗਤਾਂ ਨੂੰ ਇਹਦੇ ਨਾਲ ਜੇ ਜਾਰੀ ਹੁੰਦੀ ਆ ਤਾਂ ਬਹੁਤ ਵੱਡੀ ਠੇਸ ਪਹੁੰਚੂਗੀ। ਉਹਦਾ ਕਾਰਨ ਇਹ ਆ ਕਿ ਉਹਦੇ ਵਿੱਚ ਜੋ ਪਾਤਰ ਲਏ ਗਏ ਆ, ਜੋ ਬੀਬੀ ਨਾਨਕੀ ਆ, ਭਾਈ ਮਰਦਾਨਾ, ਉਹ ਪਾਤਰ ਅਜਿਹੇ ਮਤਲਬ ਇਨਸਾਨ ਆ ਜਿਨ੍ਹਾਂ ਵਿੱਚ ਬੜੀਆਂ ਕੁਰਹਿਤਾਂ ਨੇ, ਜੋ ਨਗੇਜ ਦਾ ਪ੍ਰਦਰਸ਼ਨ ਕਰਦੀਆਂ ਹੋਰਾਂ ਫਿਲਮਾਂ ਦੇ ਵਿੱਚ, ਬੜੇ ਉਹਨਾਂ ਦੇ ਵਿੱਚ ਐਬ ਆ। ਜਦੋਂ ਉਹੋ ਜਿਹੇ ਲੋਕ ਸਾਡੇ ਮਹਾਨ ਪੁਰਸ਼ਾਂ ਦੀ ਰੀਸ ਕਰਨਗੇ ਜਾਂ ਉਹਨਾਂ ਦੇ ਰੋਲ ਦੇ ਤੌਰ 'ਤੇ ਪੇਸ਼ ਕਰਨਗੇ, ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਸੰਗਤ ਦੇ ਵਿੱਚ ਰੋਸ ਜਾਵੇਗਾ ਔਰ ਉਹ ਸਿੱਖ ਸੰਗਤਾਂ ਜਿਹੜੀਆਂ ਇਹ ਕਿਸੇ ਵੀ ਹੱਦ ਤੀਕ ਇਹ ਜਾ ਸਕਦੀਆਂ। ਅਸੀਂ ਅੱਜ ਦਾ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ, ਜੋ ਨਾਨਕ ਸ਼ਾਹ ਫਕੀਰ ਦੀ ਫਿਲਮ ਜੋ ਬਣਾਈ ਹੈ, ਜੋ ਸੈਂਸਰ ਬੋਰਡ ਨੇ, ਇਸ ਦੇ ਵਿਰੋਧ ਦੇ ਵਿੱਚ ਅਸੀਂ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ, ਜੋ ਇਹਦਾ ਪੁਰਜ਼ੋਰ ਨਾਲ ਅਸੀਂ ਵਿਰੋਧ ਕਰਦੇ ਹਾਂ ਸਭ ਸਮੂਹ ਸਿੱਖ ਜਥੇਬੰਦੀਆਂ ਜਿਹੜੀਆਂ ਹੈਗੀਆਂ ਜੀ, ਤਾਂ ਕਿ ਇਸ 'ਤੇ ਰੋਕ ਲੱਗ ਸਕੇ ਜੀ, ਇਹ ਰਿਲੀਜ਼ ਨਾ ਹੋਵੇ ਜੀ। ਵਿਦੇਸ਼ਾਂ ਦੀ ਧਰਤੀ ਦੇ ਏਜੰਟਾਂ ਦੀ ਧੋਖਾਧੜੀ ਦੇ ਸ਼ਿਕਾਰ ਹੋਏ ਬਹੁਤ ਸਾਰੇ ਮਾਮਲੇ ਤੁਸੀਂ ਦੇਖੇ ਹੋਣਗੇ, ਪਰ ਇੱਕ ਅਜਿਹਾ ਮਾਮਲਾ ਸ਼ਾਇਦ ਤੁਸੀਂ ਕਦੇ ਨਹੀਂ ਸੁਣਿਆ ਹੋਵੇਗਾ, ਜੋ ਕਿ ਇੱਕ ਰਿਸ਼ਤੇਦਾਰ ਆਪਣੇ ਹੀ ਕਿਸੇ ਰਿਸ਼ਤੇਦਾਰ ਨੂੰ ਠੋਕਰਾ ਖਾਣ ਦੇ ਲਈ ਛੱਡ ਗਿਆ। ਹੁਣ ਆਲਮ ਇਹ ਹੈ ਕਿ ਪਿਛਲੇ 6 ਮਹੀਨਿਆਂ ਤੋਂ ਪੀੜਤ ਨੌਜਵਾਨ ਬਿਮਾਰੀ ਦੇ ਚੱਲਦੇ ਬਿਸਤਰੇ 'ਤੇ ਪਿਆ ਹੈ, ਜਿਸ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਵਿਦੇਸ਼ ਮੰਤਰਾਲੇ ਨੂੰ ਭਾਰਤ ਲਿਆਉਣ ਦੀ ਗੁਹਾਰ ਲਗਾਈ ਹੈ। ਉਕਤ ਵਿਅਕਤੀ ਨੂੰ ਸ਼ੱਕ ਹੈ ਕਿ ਜੇਕਰ 26 ਅਪ੍ਰੈਲ ਤੱਕ ਉਹ ਭਾਰਤ ਨਹੀਂ ਪਹੁੰਚਿਆ ਤਾਂ ਉਹ ਅਰਬ ਕਾਨੂੰਨ ਮੁਤਾਬਿਕ ਜੇਲ੍ਹ ਜਾਣਾ ਪਵੇਗਾ। ਪਰਿਵਾਰਕ ਮੈਂਬਰਾਂ ਨੇ ਵੀ ਵਿਦੇਸ਼ ਮੰਤਰਾਲੇ ਨੂੰ ਇਸ ਮਾਮਲੇ ਸੰਬੰਧੀ ਅਪੀਲ ਕਰਕੇ ਸਹਾਇਤਾ ਦੀ ਮੰਗ ਕੀਤੀ ਹੈ, ਜਿਸ 'ਤੇ ਭਾਰਤ ਜਨਤਾ ਪਾਰਟੀ ਤੋਂ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਭਰੋਸਾ ਦਿੱਤਾ ਹੈ। ਮੇਰਾ ਨਾਮ ਸੰਜੀਵ ਕੁਮਾਰ ਹੈ, ਮੈਂ ਸਾਊਦੀ ਅਰਬ ਵਿੱਚ ਦਮਾਮ ਏਰੀਏ ਵਿੱਚ ਰਹਿੰਦਾ ਹਾਂ। ਮੈਂ ਬਿਮਾਰ ਹਾਂ 1.5 ਮਹੀਨੇ ਤੋਂ, ਮੇਰਾ ਕੋਈ ਇਲਾਜ ਨਹੀਂ ਹੋ ਰਿਹਾ, ਮੈਂ ਬਹੁਤ ਮੁਸ਼ਕਿਲ ਵਿੱਚ ਹਾਂ। ਮੈਂ ਘਰ ਆਉਣਾ ਚਾਹੁੰਦਾ ਹਾਂ ਔਰ ਮੈਨੂੰ ਭੇਜ ਨਹੀਂ ਰਿਹਾ, ਇਸ ਕਰਕੇ ਮੇਰੀ ਬੇਨਤੀ ਹੈ ਸੁਸ਼ਮਾ ਸਵਰਾਜ ਅੱਗੇ ਕਿ ਮੈਨੂੰ ਜਲਦੀ ਤੋਂ ਜਲਦੀ ਇੱਥੋਂ ਕੱਢਿਆ ਜਾਵੇ, ਕਿਉਂ ਮੇਰਾ 26 ਅਪ੍ਰੈਲ ਨੂੰ ਵੀਜ਼ਾ ਖਤਮ ਹੈ, ਬਾਅਦ ਵਿੱਚ ਮੈਨੂੰ ਮੁਸ਼ਕਿਲ ਹੋ ਜਾਣੀ, ਇਸ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਆ ਸੁਸ਼ਮਾ ਸਵਰਾਜ ਅੱਗੇ ਕਿ ਮੈਨੂੰ ਜਲਦੀ ਤੋਂ ਜਲਦੀ ਇੱਥੋਂ ਕੱਢਿਆ ਜਾਵੇ। ਅਤੇ ਹੁਣ ਫਿਰ 1.5 ਮਹੀਨੇ ਤੋਂ ਇਹ ਬਿਮਾਰ ਆ, ਅਤੇ ਉਦੋਂ ਤੋਂ ਹੀ ਹੁਣ ਬੈੱਡ 'ਤੇ ਹੀ ਆਪਣੇ ਰੂਮ 'ਚ ਬੈੱਡ 'ਤੇ ਕੀ ਚਲਾਉਂਦੇ ਸੀ, ਠੀਕ ਸੀ ਬਿਲਕੁਲ। ਪਹਿਲਾਂ ਡਿਸਕ ਦੀ ਪ੍ਰੋਬਲਮ ਹੋਈ ਹੈ ਥੋੜ੍ਹੀ, ਕਹਿਣਾ ਦਰਦ ਹੁੰਦੀ ਆ ਮੇਰੇ, ਦਰਦ ਹੌਲੀ ਹੌਲੀ ਵੱਧ ਗਈ, ਫਿਰ ਦੋਨੇ ਲੱਤਾਂ 'ਚ ਵੀ ਆ ਗਈ, ਦੋਨੇ ਲੱਤਾਂ 'ਚ ਦਰਦ ਹੋਣ ਲੱਗ ਪਈ, ਫਿਰ ਇੱਕ ਦਿਨ ਮੈਡੀਸਨ ਵੀ ਲੈਣ ਗਏ ਆ, ਉਹਦੇ ਨਾਲ ਇੰਨਾ ਜ਼ਿਆਦਾ ਫਰਕ ਨਹੀਂ ਪਿਆ। ਇੱਕ ਲੱਤ ਤਾਂ ਬਹੁਤ ਜ਼ਿਆਦਾ ਹੀ ਹੋ ਗਈ ਕਿ ਜਾਣੀ ਕਹਿ ਦਿੰਦੇ ਆ ਕਿ ਪੈਰ ਮੇਰਾ ਪਤਾ ਨਹੀਂ ਲੱਗਦਾ ਕਿ ਨਾਲ ਹੈਗਾ ਕਿ ਨਹੀਂ। ਇਸ ਵੇਲੇ ਵੀ ਬਸ ਗੱਡੀ ਚਲਾ ਨਹੀਂ ਸਕਦੇ ਹੈਗੇ, ਅਤੇ ਉਹਨਾਂ ਦਾ ਖਾਣਾ ਉਹ ਵੀ ਜਾਣੀ ਬੈਠ ਕੇ ਨਹੀਂ ਖਾ ਸਕਦੇ ਇਸ ਵੇਲੇ ਤਾਂ। ਕਈ ਵਾਰ ਤਾਂ ਮੈਂ ਦੇਖਦੀ ਹਾਂ ਕਿ ਇੱਕ ਪਾਸੇ ਨੂੰ ਵੱਖ ਲਈ ਹੁੰਦੀ ਆ, ਲੇਟ ਕੇ ਫਿਰ ਉਸ ਵੇਲੇ ਖਾਣਾ ਖਾਂਦੇ। ਸਾਡਾ ਤਾਂ ਧੋਖਾ ਹੋਇਆ ਜੀ, ਹੋਇਆ ਵੀ ਧੋਖਾ ਹੈ ਜੀ। ਸਾਡਾ ਜਿਹੜਾ ਰਿਸ਼ਤੇਦਾਰ ਸੀਗਾ ਉਹਨੇ ਸਾਡਾ ਲੜਕਾ ਸੱਦਿਆ ਸੀਗਾ ਉੱਥੇ,
ਜੋ ਕਿ ਉਹ ਆਪ ਇਹਨੂੰ ਫਸਾ ਕੇ ਉਹ ਆਪ ਨਿਕਲ ਗਿਆ। ਹਾਂਜੀ, ਇਸ ਟਾਈਮ ਜੋ ਓਪਰੇਸ਼ਨ ਹੈਗੀ ਹੈ ਉਹ ਮੁੰਡੇ ਦੇ ਲੱਤ ਵਿੱਚ ਇੰਨੀ ਦਰਦ ਹੁੰਦੀ ਆ ਕਿ ਰਾਤ ਦਿਨ ਕਲਪਦਾ ਪਿਆ ਉੱਥੇ ਉਹ, ਅਤੇ ਉਹ ਕਹਿੰਦਾ ਵੀ ਮੈਨੂੰ ਜਿਸ ਤਰ੍ਹਾਂ ਵੀ ਇਹ ਜਾਣੀ ਕਿ ਇਹਨੂੰ ਉੱਥੇ ਘਰ ਡੈਡੀ ਜੀ ਘਰ ਸੱਦ ਲਓ ਵੀ ਮੇਰੀ ਹਾਲਤ ਬੁਰੀ ਹੈ, ਮੈਂ ਮਰਨ ਤੋਂ ਜਿਹੜੀ ਬੁਰੀ ਹਾਲਤ ਵਿੱਚ ਹੈਗਾ, ਜੋ ਕਿ ਉਹ ਕਹਿੰਦਾ ਵੀ ਮੇਰੇ ਜਿਹੜੇ ਮੇਰੇ ਕੋਲ ਪੁੱਛਦਾ ਕੋਈ ਨਹੀਂ ਇੱਥੇ। ਲੁਧਿਆਣਾ ਦੇ ਥਾਣਾ ਵਸਤੀ ਯੋਧੇਵਾਲ ਦੇ ਸਾਹਮਣੇ ਬੇਕਾਬੂ ਹੋਏ ਕੰਟੇਨਰ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਪਲਟ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕੰਟੇਨਰ ਦੇ ਪਲਟਣ ਨਾਲ ਹੀ ਉਸ ਵਿੱਚ ਅੱਗ ਲੱਗ ਗਈ ਅਤੇ ਲੋਕਾਂ ਦੁਆਰਾ ਮਿੱਟੀ ਪਾ ਕੇ ਇਸ ਅੱਗ 'ਤੇ ਕਾਬੂ ਪਾਇਆ ਗਿਆ। ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ ਅਤੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਡਰਾਈਵਰ ਪਿੱਛੇ ਇੱਕ ਰੇੜਾ ਚਾਲਕ ਨੂੰ ਫੇਟ ਮਾਰ ਕੇ ਉਸਨੂੰ ਗੰਭੀਰ ਰੂਪ 'ਚ ਜ਼ਖਮੀ ਕਰਕੇ ਭੱਜ ਰਿਹਾ ਸੀ, ਜਿਸ ਨਾਲ ਇਹ ਘਟਨਾ ਵਾਪਰੀ। ਫਿਲਹਾਲ ਇਸ ਵਿਅਕਤੀ ਨੂੰ ਵੀ ਇਲਾਜ ਲਈ ਹਸਪਤਾਲ ਵਿੱਚ ਭੇਜਿਆ ਗਿਆ ਹੈ। ਵੀਰ ਜੀ, ਮੈਂ ਵੀ ਇੱਧਰੋਂ ਪੀਰ ਬਾਬਾ ਦੀ ਜਗ੍ਹਾ ਬਸਤੀ ਤੋਂ ਨਿਕਲ ਰਿਹਾ ਸੀਗਾ। ਮੈਂ ਵੀ ਆਪਣੀ ਫੈਕਟਰੀ ਤੋਂ ਗੱਡੀ ਲਾ ਕੇ ਆ ਰਿਹਾ। ਮੈਂ ਇੱਧਰੋਂ ਜਦੋਂ ਨਿਕਲਿਆ ਜੀ, ਦੇਖਿਆ ਇਹ ਟਰੱਕ ਵਾਲਾ ਬੜੀ ਜ਼ੋਰ ਦੀ ਆ ਰਿਹਾ ਸੀਗਾ। ਓਵਰ ਸਪੀਡ ਸੀਗੀ, ਇਹਨਾਂ ਦੀ ਡਰਿੰਕ ਕੀਤੀ ਹੋਈ ਸੀਗੀ। ਇਹਨਾਂ ਨੇ ਰੇੜੇ ਵਾਲੇ ਨੂੰ ਮਾਰਿਆ ਵੀਰ ਜੀ। ਰੇੜੇ ਵਾਲਾ ਵਿਚਾਰਾ ਇੱਧਰ ਜਾਣਾ ਸੀਗਾ, ਉਹ ਇਸ ਕਰਕੇ ਇਧਰਲੇ ਪਾਸੇ ਹੋ ਗਿਆ। ਉਹਨੇ ਕੀਤੀ ਹੋਈ, ਉਹਦਾ ਆਵਾਡੋਲ ਹੋਇਆ, ਇਹਨੂੰ ਮਾਰ ਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਹਦਾ ਪਰਮਾਤਮਾ ਵੱਲੋਂ ਉਹਨੇ ਅੱਗੇ ਉਹਦੇ ਅੱਗੇ ਕਾਰ ਆ ਕੇ ਵਿੱਚ ਸਿੱਧੀ ਖੰਭੇ ਦੇ ਵਿੱਚ ਟਰੱਕ ਪਲਟ ਗਿਆ ਜੀ। ਸਾਨੂੰ ਤਾਂ ਬੁਲਾਇਆ ਇੱਥੇ, ਕਹਿੰਦੇ ਵੀ ਐਕਸੀਡੈਂਟ ਹੋ ਗਿਆ ਪਰਲੇ ਪਾਸੇ। ਆਪਣੇ ਹੀ ਸਕੇ ਬਾਪ ਨੇ ਇਸ ਨੂੰ ਆਪਣੀ ਹਫਸ਼ ਦਾ ਸ਼ਿਕਾਰ ਬਣਾਇਆ। ਜਦੋਂ ਉਹ ਘਰ ਆਈ ਤਾਂ ਉਸਦੀ ਬੱਚੀ ਨੇ ਦੱਸਿਆ ਕਿ ਉਸਦੇ ਪੇਟ ਵਿੱਚ ਦਰਦ ਹੋ ਰਿਹਾ ਤਾਂ ਉਹ ਉਸਨੂੰ ਸਰਕਾਰੀ ਹਸਪਤਾਲ ਵਿੱਚ ਲੈ ਗਈ ਤਾਂ ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਇਸ ਨਾਲ ਰੇਪ ਹੋਇਆ ਹੋਇਆ। ਉਸ ਤੋਂ ਬਾਅਦ ਲੜਕੀ ਨੇ ਸਾਰੀ ਗੱਲਬਾਤ ਦੱਸੀ, ਜਿਸ ਦੀ ਸ਼ਿਕਾਇਤ ਤੁਰੰਤ ਸਿਟੀ ਪੁਲਿਸ ਮੋਰਿੰਡਾ ਨੂੰ ਕੀਤੀ ਗਈ, ਜਿਸ 'ਤੇ ਕਾਰਵਾਈ ਕਰਦੇ ਦੋਸ਼ੀ ਸਰਤਾਰ ਮੁਹੰਮਦ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਚੀਮਾ ਦੇ ਹੱਥ ਵਿੱਚ ਫੜੇ ਹੋਏ ਨੀਲੇ ਕਾਰਡ ਅਤੇ ਉਹਨਾਂ ਦੇ ਨਾਲ ਖੜੇ ਲੋਕਾਂ ਨੂੰ ਦਿੱਤੇ ਜਾ ਰਹੇ ਇਹ ਕਾਰਡ ਆਟਾ ਦਾਲ ਯੋਜਨਾ ਕਿਸੇ ਨਵੀਂ ਮੁਹਿੰਮ ਦੇ ਵੱਲ ਇਸ਼ਾਰਾ ਨਹੀਂ ਕਰ ਰਹੇ, ਬਲਕਿ ਇਹ ਚੱਲ ਰਹੀ ਪਿਛਲੀ ਯੋਜਨਾ ਦੇ ਗੋਲਮਾਲ ਦਾ ਖੁਲਾਸਾ ਕਰ ਰਹੇ ਹਨ। ਦਰਅਸਲ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਸਾਧੂਵਾਲ ਵਿੱਚ ਅਕਸਰ ਸ਼ਿਕਾਇਤਾਂ ਵਿਧਾਇਕ ਦੇ ਕੋਲ ਆ ਰਹੀਆਂ ਸੀ ਕਿ ਉਹਨਾਂ ਦੇ ਪਿੰਡ ਕੁਝ ਫਰਜ਼ੀ ਕਾਰਡ ਬਣਾਏ ਜਾ ਰਹੇ ਹਨ, ਜਿਨ੍ਹਾਂ 'ਤੇ ਕਾਰਵਾਈ ਕਰਦੇ 102 ਫਰਜ਼ੀ ਕਾਰਡ ਫੜੇ ਗਏ ਹਨ, ਜਿਸ ਦੇ ਚੱਲਦੇ ਇਸ ਮਾਮਲੇ 'ਚ ਗਹਿਰਾਈ ਨਾਲ ਜਾਂਚ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਖਿਲਾਫ਼ ਉੱਚ ਕਾਰਵਾਈ ਦੀ ਵੀ ਮੰਗ ਕਰਾਂਗੇ। ਇਹ ਜਿਹੜਾ ਨਾ ਅਸੀਂ ਪਿਛਲੇ ਜਦੋਂ ਵਿਧਾਨ ਸਭਾ 'ਚ ਸਾਡੀ ਬੜਾ ਰੌਲਾ ਪਾਇਆ, ਅਕਾਲੀ ਭਾਜਪਾ ਸਰਕਾਰ 10 ਸਾਲ ਦੇ ਵਿੱਚ ਇਹੋ ਕੁਛ ਕੀਤਾ ਇਹਨਾਂ ਨੇ। ਤੁਹਾਨੂੰ ਯਾਦ ਹੋਣਾ ਜਾਖੜ ਸਾਹਿਬ ਨੇ ਕੁਛ ਸਕੈਂਡਲ ਫੜਿਆ ਸੀ, ਸਕੂਟਰਾਂ ਦੇ ਨੰਬਰ ਜਿਹੜੇ ਆ ਉਹ ਪਾਏ ਸੀਗੇ ਵੀ ਟਰੱਕ ਵੀ ਕਣਕ ਢੋਈ ਉਹਦੇ ਵਿੱਚ ਝੋਨਾ ਢੋਇਆ ਉਹਦੇ ਵਿੱਚ। ਇਹ ਸਕੈਂਡਲ ਉਹਦੇ ਨਾਲ ਦਾ ਹੀ ਆ ਵੀ ਸਾਡੇ ਪਿੰਡ ਸੱਧੂ ਵਾਲਾ ਪਿੰਡ ਆ ਜਿੱਥੇ 98 ਜਿਹੜੇ ਬੰਦੇ ਆ ਉਹ ਸਹੀ ਸੀ ਜਿਹੜੇ ਆਟਾ ਦਾਲ ਜਿਹੜੇ ਲੈ ਰਹੇ ਸੀ, ਔਰ 102 ਵਾਲੇ ਕਾਰਡ ਤੁਹਾਨੂੰ ਦਿਖਾ ਰਹੇ ਹਾਂ ਜਾਲੀ ਬਿਲਕੁਲ, ਜਿਹਦੇ ਪਿੰਡ ਦਾ ਨਾਂ ਸਾਰਾ ਕੁਝ ਠੀਕ ਆ ਔਰ ਬੰਦੇ ਪਤਾ ਹੀ ਨਹੀਂ ਕਿੱਥੋਂ ਦੇ ਆ, ਫੋਟੋਆਂ ਪਤਾ ਨਹੀਂ ਕਿੱਥੋਂ ਦੇ ਬੰਦੇ, ਨਾਂ ਪਤਾ ਨਹੀਂ ਕਿੱਥੋਂ ਦੇ ਆ, ਔਰ ਬਾਹਰੋਂ ਬਾਹਰ ਉਹ ਇਹ ਬਣਾ ਕੇ ਮਹਿਕਮੇ ਦੇ ਵਿੱਚ ਜਿਹੜੇ ਰਲੇ ਸੀ ਸਾਰੇ ਉੱਪਰੋਂ ਲੈ ਕੇ ਥੱਲੇ ਤੱਕ ਉਹ ਕਣਕ ਜਿਹੜੀ ਉਹ ਗੈਪ ਕਰ ਰਹੇ ਸੀ। ਇਹਦੇ ਬਾਰੇ ਅਜੇ ਚੀਮਾ ਸਾਹਿਬ ਨੇ ਮੈਨੂੰ ਕੋਈ ਮੇਰੇ ਨੋਟਿਸ ਤੱਕ ਨਹੀਂ ਜਾਂਦੀ ਹੈਗੀ, ਜਦੋਂ ਵੀ ਇਹ ਰਿਪੋਰਟ ਮੇਰੇ ਕੋਲ ਆਉਗੀ ਉਹਦੇ 'ਤੇ ਬਣਤੀ ਕਰਵਾਈ ਕੀਤੀ ਜਾਊਗੀ। ਦੇਖੋ ਜੀ, ਜਿਹੜਾ ਵੈਰੀਫਿਕੇਸ਼ਨ ਦਾ ਕੰਮ ਹੋਇਆ ਹੈਗਾ ਆ ਜਾਂ ਨਵੇਂ ਕਾਰਡ ਜਿਹੜੇ ਆਈਡੈਂਟੀਫਾਈ ਹੋਏ ਹੈਗੇ ਆ ਉਹ ਸਾਰਾ ਕੰਮ SBM ਸਾਹਿਬਾਨ ਦੀ ਨਿਗਰਾਨੀ ਵਿੱਚ ਹੋਇਆ ਆ, ਉਹਨੇ ਆਪਣਾ ਅੱਗੇ ਸਟਾਫ ਡਿਫਰੂਸ ਕੀਤਾ ਹੋਇਆ ਸੀਗਾ। ਜੇ ਕੋਈ ਇਹੋ ਜਿਹਾ ਕੇਸ ਹੈਗਾ ਆ ਜੇ ਮੇਰੇ ਨੋਟਸ ਵਿੱਚ ਆਊਗਾ ਫਿਰ ਅਸੀਂ ਉਹਦਾ ਪੂਰਾ ਰਿਕਾਰਡ ਕਢਵਾ ਕੇ ਉਹਦੀ ਪੂਰੀ ਵੈਰੀਫਿਕੇਸ਼ਨ ਦੁਆਰਾ ਕਰਵਾਵਾਂਗੇ। ਜੇ ਕੋਈ ਫੇਕ ਪਾਈ ਜਾਣਗੇ ਤਾਂ ਬਣਤੀ ਕਰਵਾਈ ਕੀਤੀ ਜਾਊਗੀ। ਜਾਂਦੇ ਜਾਂਦੇ ਇੱਕ ਨਜ਼ਰ ਆ ਦਿਆਂ ਅਹਿਮ ਸੁਰਖੀਆਂ ਦੇ। ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਹੋਈ ਮੀਟਿੰਗ, ਜ਼ਿਲ੍ਹੇ ਦੇ ਸਾਰੇ ਅਧਿਕਾਰੀ ਅਤੇ ਕਮੇਟੀ ਦੇ ਨੁਮਾਇੰਦੇ ਨੇ ਕੀਤੀ ਸ਼ਿਰਕਤ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਆਪਣੇ ਹੀ ਬਿਆਨਾਂ ਵਿੱਚ ਫਸਦੇ ਦਿਖਾਈ ਦਿੱਤੇ, ਕੇਂਦਰ ਸਰਕਾਰ 'ਤੇ ਲਗਾਇਆ 200 ਕਰੋੜ ਦਾ ਫੰਡ ਜਾਰੀ ਨਾ ਕਰਨ ਦੇ ਦੋਸ਼।
ਬੀਆਰਟੀਸੀ ਬੱਸ ਦੀ ਚਪੇਟ ਵਿੱਚ ਆਉਣ ਨਾਲ ਤਿੰਨ ਦੀ ਹੋਈ ਮੌਤ। ਗੰਭੀਰ ਜ਼ਖਮੀ ਔਰਤ ਕਿਰਨਦੀਪ ਕੌਰ ਦੀ ਮੌਤ ਨਾਲ ਪਰਿਵਾਰਕ ਮੈਂਬਰਾਂ ਨੇ ਕੀਤਾ ਜਾਮ। ਅਨਾਜ ਮੰਡੀ ਵਿੱਚ ਪਾਣੀ ਤੋਂ ਪਹਿਲਾਂ ਮਿਲਦੀ ਸ਼ਰਾਬ, ਅਨਾਜ ਮੰਡੀ ਵਿੱਚ ਖੁੱਲ੍ਹਿਆ ਹੋਇਆ ਸ਼ਰਾਬ ਦਾ ਠੇਕਾ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਖਬਰਾਂ ਦੇ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।